ਪੰਜਾਬ ਸਰਕਾਰ ਵੱਲੋਂ ਉਦਯੋਗਿਕ ਨੀਤੀ 2017 ਨਵੀਂ ਲਾਂਚ ਕਰ ਦਿੱਤੀ ਗਈ ਹੈ, ਜਿਸ ਵਿੱਚ ਸਰਕਾਰ ਦੀ ਸੋਚ ਹੈ ਕਿ ਨਵੀਂ ਇੰਡਸਟਰੀ ਨੂੰ ਉੱਪਰ ਚੁੱਕਿਆ ਜਾਵੇਗਾ ਅਤੇ ਪਹਿਲਾਂ ਤੋਂ ਹੀ ਚੱਲ ਰਹੀ ਇੰਡਸਟਰੀ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਇਸ ਸੰਬੰਧੀ ਉਦਯੋਗਪਤੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਉਦਯੋਗ ਅਤੇ ਕਾਮਰਸ DPS ਖੜਬੰਦਾ ਨੇ ਕਿਹਾ ਕਿ ਜਦੋਂ ਦੀ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਨੀਤੀ 2017 ਲਾਂਚ ਕੀਤੀ ਗਈ ਹੈ, ਉਸ ਸਮੇਂ ਤੋਂ ਲੈ ਕੇ 30,000 ਕਰੋੜ ਦੇ MOU ਸਾਈਨ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਉਦਯੋਗਿਕ ਕੀਤੀ ਇੱਕ ਕਿਤਾਬਚਾ ਛਾਪਿਆ ਗਿਆ ਹੈ। ਉਹਨਾਂ ਨੇ ਸਮੂਹ ਉਦਯੋਗਪਤੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਕਿਤਾਬਚੇ ਨੂੰ ਪੜ੍ਹ ਕੇ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਭਾਵੇਂ ਪ੍ਰਾਪਰਟੀ ਟੈਕਸ ਹੋਵੇ ਉਹ ਐਗਜ਼ੈਂਪਟਡ ਹੈ, CLG ਹੋਵੇ ਉਹ ਐਗਜ਼ੈਂਪਟਡ ਹੈ, ਸਟੈਂਪ ਡਿਊਟੀ ਹੋਵੇ ਉਹ ਐਗਜ਼ੈਂਪਟਡ ਹੈ, GST ਰੀਇੰਬਰਸਮੈਂਟ ਹੈ ਆਉਣ ਵਾਲੇ 7 ਸਾਲ। ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਪਿੱਛੇ ਵਰਲਡ ਫੂਡ ਇੰਡੀਆ ਸਮਿਟ ਦਿੱਲੀ ਹੋਈ ਸੀ, ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਸਾਡੇ ਸੀਐਮ ਸਾਹਿਬ, ਸਾਡੇ ਪਾਵਰ ਮਿਨਿਸਟਰ ਸਾਰੇ ਅਸੀਂ ਉੱਥੇ ਸੀ, ਸੈਕਟਰੀ ਇੰਡਸਟਰੀ ਮੈਂ ਵੀ ਉੱਥੇ ਸੀ, ਔਰ ਇਸ ਪਾਲਿਸੀ ਨੂੰ ਲਾਂਚ ਹੋਇਆ ਲਈ ਸਿਰਫ 10 ਦਿਨ ਹੋਏ ਸੀ, ਔਰ ਤੁਸੀਂ ਬਿਲੀਵ ਨਹੀਂ ਕਰੋਗੇ 10 ਡੇਜ਼ ਵਿੱਚ 3,000 ਕਰੋੜ ਦੇ ਲੋਕਾਂ ਨੇ MOU ਪੰਜਾਬ 'ਚ ਉਹਨਾਂ ਨੇ ਸਾਈਨ ਉਸ ਵਿੱਚ ਕਰ ਲਿਆ। ਪਰ ਇਹ ਡਿਟੇਲ ਉਹ ਦੱਸ ਹੀ ਦੇਣਗੇ, ਔਰ ਕਿਉਂਕਿ ਆਪਾਂ ਬਿਜ਼ਨਸਮੈਨ ਹੈ, ਚੈਪਟਰ 10 ਜਿਹੜਾ ਹੈ ਫਿਸਕਲ ਇਨਸੈਂਟਿਵ, ਜੇ ਤੁਸੀਂ ਪੜ੍ਹਨਾ ਚਾਹੋ ਉਹਨੂੰ ਪਸੰਦ ਪਹਿਲਾਂ ਬਿਜ਼ਨਸਮੈਨ ਉਹਨੂੰ ਪੜ੍ਹੇਗਾ ਕਿ ਸਰਕਾਰ ਨੇ ਫਿਸਕਲ ਇਨਸੈਂਟਿਵ ਕੀ ਦਿੱਤੇ। ਅੰਮ੍ਰਿਤਸਰ ਤੋਂ ਮੁਕੇਸ਼ ਬਾਵਾ, ਖਬਰ ਹਰ ਪਲ ਇੰਡੀਆ।